ਤੇ ਹਰਿਆਣਾ ਅੱਜ ਨਵਾਂ ਅਧਿਆਇ ਲਿਖਣ ਜਾ ਰਿਹਾ ਹੈ। ਕਦੇ ਇਸ ਤਰ੍ਹਾਂ ਦਾ ਅੰਦੋਲਨ ਨਹੀਂ ਹੋਇਆ। ਜ਼ਮੀਰ ਨਾਂ ਦੀ ਚੀਜ਼ ਇਹਨਾਂ ਲੋਕਾਂ ਕੋਲ ਹੈ ਨਹੀਂ। ਅਸੀਂ ਮੋਦੀ ਦੀ ਸਿੱਧੀ ਜ਼ਮੀਰ ਨੂੰ ਜਗਾਉਣ ਦਾ ਕੰਮ ਕਰ ਰਹੇ ਹਾਂ ਤੇ ਸ਼ਾਂਤ ਮਈ ਦਾ ਪੱਲਾ ਛੱਡ ਕੇ ਹਿੰਸਕ ਹੋ ਕੇ ਤਾਂ ਮੋਦੀ ਜਿੱਤ ਜਾਏਗਾ। ਉਹਨੇ ਗੈਰ ਸੰਵਿਧਾਨਿਕ ਕੰਮ ਕੀਤਾ ਹੈ, ਉਹਦੇ ਖਿਲਾਫ ਪਰਚਾ ਦਰਜ ਕਰੋ। ਕਿਸਾਨ ਭਰਾਵੋ, ਨੌਜਵਾਨ ਬੱਚਿਓ ਤੇ ਮੇਰੇ ਸਾਥੀਓ, ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਦਾ ਖਾਲਸਾ। ਮੈਂ ਤੁਹਾਨੂੰ ਪਹਿਲਾਂ ਇਹ ਤੋਂ ਬੇਨਤੀਆਂ ਕਰਨੀਆਂ, ਪਰਸੋਂ ਤੁਸੀਂ ਮੁਜ਼ੱਫਰਨਗਰ ਵਿੱਚ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ। ਉਸ ਤੋਂ ਪਹਿਲਾਂ ਸਾਡੇ 9 ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ਤੇ ਬੈਠ ਕੇ ਸਾਰੀ ਦੁਨੀਆ ਦਾ ਨਵਾਂ ਇਤਿਹਾਸ ਲਿਖ ਦਿੱਤਾ। ਸਾਰੀ ਦੁਨੀਆ ਤੁਹਾਡੇ ਨਾਲ ਹਮਦਰਦੀ ਰੱਖਦੀ ਹੈ ਤੇ ਸਾਰੇ ਦੇਸ਼ਾਂ ਵਿੱਚ ਤੁਹਾਡੇ ਉੱਤੇ ਕੋਖਵੀਂ ਨਿਗਾਹ ਰੱਖੀ ਹੋਈ ਹੈ। ਇਸ ਲਈ ਮੈਂ ਸਮਝਦਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਤੁਹਾਡੀ ਸਾਰਿਆਂ ਦੀ ਬਣਦੀ ਹੈ। ਉਹ ਅੰਦੋਲਨ ਸਾਡਾ ਦੁਨੀਆ ਦਾ ਚਾਨਣ ਮੁਨਾਰਾ ਹੈ, ਜਿਹਨੂੰ ਦੁਨੀਆ ਦੇਖਦੀ ਹੈ। ਕਾਰਪੋਰੇਟ ਵਰਸਸ ਆਮ ਲੋਕ, ਆਮ ਲੋਕਾਂ ਦਾ ਅੰਦੋਲਨ ਕਾਰਪੋਰੇਟ ਹਾਊਸਿਸ ਦੇ ਖਿਲਾਫ। ਸਾਰੀ ਦੁਨੀਆ 'ਚ ਕਦੇ ਇਸ ਤਰ੍ਹਾਂ ਦਾ ਅੰਦੋਲਨ ਨਹੀਂ ਹੋਇਆ। ਤੁਸੀਂ ਇਹਦੇ 'ਚ ਸਭ ਤੋਂ ਵੱਧ ਯੋਗਦਾਨ ਪਾ ਕੇ ਦੁਨੀਆ ਦਾ ਧਿਆਨ ਖਿੱਚਿਆ। ਮੈਂ ਇਸ ਕਰਕੇ ਇੱਕ ਤਾਂ ਤੁਹਾਨੂੰ ਇਹ ਅਪੀਲ ਕਰਨੀ ਹੈ, ਤੁਹਾਨੂੰ ਸਾਰਿਆਂ ਨੂੰ ਉਸ ਅੰਦੋਲਨ ਦੀ ਸਹੁੰ, ਉਸ ਅੰਦੋਲਨ ਨੂੰ ਆਪਣੇ ਸਾਹਮਣੇ ਰੱਖ ਕੇ ਅਗਲਾ ਪ੍ਰੋਗਰਾਮ ਦੇਣਾ। ਇਹ ਨਾ ਹੋਵੇ ਵੀ ਇੱਥੇ ਜੋਸ਼ ਵਿੱਚ ਆ ਕੇ ਕੋਈ ਗਲਤ ਕਾਰਵਾਈ ਕਰੇ ਔਰ ਉਹਦੀ ਸਜ਼ਾ ਦੁਨੀਆ ਦੇ ਸਭ ਤੋਂ ਵੱਡੇ ਅੰਦੋਲਨ ਨੂੰ ਮਿਲੇ। ਮੈਨੂੰ ਲੱਗਦਾ ਹੈ ਕਿ ਅੱਜ ਕਰਨਾਲ ਇੱਕ ਨਵਾਂ ਇਤਿਹਾਸ ਵਿੱਚ ਪੰਨਾ ਜੋੜਨ ਜਾ ਰਿਹਾ ਹੈ। ਦੁਨੀਆ ਦੇ ਇਸ ਅੰਦੋਲਨ ਵਿੱਚ ਹਰਿਆਣੇ ਦਾ ਵੀ ਅਹਿਮ ਥਾਂ ਹੈ ਤੇ ਹਰਿਆਣਾ ਅੱਜ ਨਵਾਂ ਅਧਿਆਇ ਲਿਖਣ ਜਾ ਰਿਹਾ ਹੈ। ਇਸ ਕਰਕੇ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਇਹ ਅੰਦੋਲਨ ਜਿਹੜਾ ਇਹਦਾ ਮੁੱਢ ਸ਼ਾਂਤਮਈ ਅੰਦੋਲਨ ਨਾਲ ਰੱਖਿਆ ਗਿਆ ਸੀ। ਮੈਂ ਇੱਕ ਗੱਲ ਸ਼ੁਰੂ ਤੋਂ ਕਹਿਣਾ ਤੁਹਾਨੂੰ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੁਸੀਂ ਮੇਰੀ ਉਸ ਗੱਲ ਤੇ ਹਮੇਸ਼ਾ ਪਹਿਰਾ ਦਿੱਤਾ ਜਿਹਦੀ ਵਜ੍ਹਾ ਕਰਕੇ ਇਹ ਅੰਦੋਲਨ ਅੱਜ ਸਾਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ। ਉਹ ਇਹ ਹੈ, ਮੈਂ ਤੁਹਾਨੂੰ ਇੱਕੋ ਪਾਠ ਪੂਰਾ ਦਿੱਤਾ ਸੀ ਵੀ ਜੇ ਸ਼ਾਂਤਮਈ ਰਹੋਗੇ ਅੰਦੋਲਨ ਤੁਸੀਂ ਜਿੱਤੋਗੇ, ਜੇ ਜੋਸ਼ ਵਿੱਚ ਆ ਕੇ ਹੋਸ਼ ਪਵਾ ਦਿੱਤੇ ਤੇ ਸ਼ਾਂਤਮਈ ਦਾ ਪੱਲਾ ਛੱਡ ਕੇ ਹਿੰਸਕ ਹੋ ਗਏ ਤਾਂ ਮੋਦੀ ਜਿੱਤ ਜਾਏਗਾ। ਇਹ ਫਾਰਮੂਲਾ ਜਦੋਂ ਤੱਕ ਧਿਆਨ ਵਿੱਚ ਰੱਖੋਗੇ ਤੁਹਾਡੀ ਜਿੱਤ ਯਕੀਨੀ ਹੈ, ਕੋਈ ਤੁਹਾਨੂੰ ਹਰਾ ਨਹੀਂ ਸਕਦਾ। ਤੇ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਇਹੋ ਸਹੁੰ ਪਾਉਣਾ, ਸਾਰੇ ਦੇਸ਼ ਦੇ ਕਿਸਾਨਾਂ ਦੇ ਇਸ ਅੰਦੋਲਨ ਲਈ ਅੱਜ ਤੁਹਾਡਾ ਸਭ ਦਾ ਸ਼ਾਂਤਮਈ ਰਹਿਣਾ ਬਹੁਤ ਜ਼ਰੂਰੀ ਹੈ। ਇੱਕ ਗੱਲ ਹੋਰ, ਅਸੀਂ ਸਾਰੇ ਸੱਤਿਆਗ੍ਰਹੀ ਹਾਂ। ਸੱਤਿਆਗ੍ਰਹੀ ਕੌਣ ਹੁੰਦਾ ਹੈ? ਜਿਹੜਾ ਆਪਣੇ ਸਰੀਰ ਉੱਤੇ ਕਸ਼ਟ ਝੱਲ ਕੇ ਜਿਹਦੇ ਨਾਲ ਲੜਾਈ ਹੈ ਉਹਦੀ ਸੁੱਤੀ ਜ਼ਮੀਰ ਨੂੰ ਜਗਾਉਂਦਾ ਹੈ। ਅਸੀਂ ਮੋਦੀ ਦੀ ਸੁੱਤੀ ਜ਼ਮੀਰ ਨੂੰ ਜਗਾਉਣ ਦਾ ਕੰਮ ਕਰ ਰਹੇ ਹਾਂ, ਭਾਵੇਂ ਲੱਗਦਾ ਉਹਦੀ ਜ਼ਮੀਰ ਮਰ ਗਈ ਹੈ। ਜ਼ਮੀਰ ਨਾਂ ਦੀ ਚੀਜ਼ ਇਹਨਾਂ ਲੋਕਾਂ ਕੋਲ ਹੈ ਨਹੀਂ। ਮੇਜ਼ ਉੱਤੇ ਬੈਠ ਕੇ ਅਸੀਂ ਕੱਲਾ ਕੱਲਾ ਕਾਨੂੰਨ ਗਲਤ ਸਾਬਤ ਕਰ ਚੁੱਕੇ ਹਾਂ। ਮੋਦੀ ਔਰ ਉਹਦੇ ਸਾਥੀ ਆਪਣੀ ਜਾਨ ਛਡਾਉਣ ਲਈ ਕਹਿੰਦੇ ਨੇ, ਕੋਈ ਐਸਾ ਰਸਤਾ ਦੱਸੋ
ਜਿਹਦੇ ਨਾਲ ਸਾਡੀ ਇੱਜ਼ਤ ਬਚੇ ਤੁਹਾਡਾ ਕੰਮ ਬਣ ਜਾਏ। ਹੁਣ ਇੱਜ਼ਤ ਬਚਾਉਣ ਦਾ ਕੰਮ ਸਾਡੇ ਕੋਲੋਂ ਨਹੀਂ ਲੱਗਦੇ। ਇਸ ਕਰਕੇ ਮੈਂ ਉਮੀਦ ਕਰਦਾ ਤੁਸੀਂ ਜਿੰਨੇ ਲੋਕ ਇੱਥੇ ਆਏ ਹੋ ਹਰਿਆਣੇ ਦੇ ਔਰ ਦੂਰੋਂ ਨੇੜੇ ਜਿੰਨੇ ਆਏ ਹੋ, ਖਾਸ ਤੌਰ ਤੇ ਆਪਣੇ ਨੌਜਵਾਨ, ਜੋਸ਼ ਔਰ ਹੋਸ਼ ਦਾ ਸੁਮੇਲ ਬਹੁਤ ਜ਼ਰੂਰੀ ਹੁੰਦਾ ਹੈ। ਜੇ ਜਿੱਤਣਾ ਹੈ ਤਾਂ ਜੋਸ਼ ਨੂੰ ਸੰਭਾਲ ਕੇ ਕਾਬੂ ਰੱਖੋ, ਹੋਸ਼ ਨਾਲ ਅੱਗੇ ਤੁਰੋ। ਤੁਹਾਨੂੰ ਕੋਈ ਦੁਨੀਆਂ ਦੀ ਤਾਕਤ ਹਰਾ ਨਹੀਂ ਸਕਦੀ। ਅੱਜ ਇੱਥੇ ਵਾਰ ਵਾਰ ਸੁਨੇਹੇ ਆ ਰਹੇ ਸੀ, ਪ੍ਰਸ਼ਾਸਨ ਦੇ ਡੀਸੀ ਸਾਹਿਬ ਵਾਰ ਵਾਰ ਬੁਲਾ ਰਹੇ ਸੀ, ਤਿੰਨ ਵਾਰ ਮੀਟਿੰਗ ਹੋਈ ਸਾਡੀ। ਅਸੀਂ ਉਹਨਾਂ ਨੂੰ ਕਿਹਾ ਗਿਆ ਜਿਹੜਾ ਇੱਥੇ ਦਾ SDM ਸੀ, ਜਿਹੜਾ ਇਸ ਤਰ੍ਹਾਂ ਦੇ ਹੁਕਮ ਦਿੰਦਾ ਸੀ ਭਾਈ ਕਿਸਾਨਾਂ ਦੇ ਸਿਰ ਫੋੜੋ, ਹੱਡੀਆਂ ਗੱਡੀਆਂ ਤੋੜੋ, ਉਹਨੇ ਗੈਰ ਸੰਵਿਧਾਨਿਕ ਕੰਮ ਕੀਤਾ ਹੈ, ਉਹਦੇ ਖਿਲਾਫ ਪਰਚਾ ਦਰਜ ਕਰੋ। ਉਹ ਕਹਿ ਰਿਹਾ ਸੀ ਜੀ ਅਸੀਂ ਜੀ ਦੇਖਣਾ ਉਹਦੀ ਨੀਅਤ ਕੀ ਸੀ, ਤੇ ਮੈਂ ਪੁੱਛਿਆ, ਫਿਰ ਬਾਕੀ ਸਾਥੀਆਂ ਨੇ ਵੀ ਪੁੱਛਿਆ, ਉਹ ਨੀਅਤ ਦਾ ਪੈਮਾਨਾ ਦੱਸ ਦਿਓ ਕੀ ਹੈ। ਜਿਹੜਾ ਬੰਦਾ ਸ਼ਰੇਆ ਲੋਕਾਂ ਦੇ ਇਕੱਠੇ ਹੋਣ ਤੋਂ ਵੀ ਪਹਿਲਾਂ ਫੋਰਸਿਸ ਨੂੰ ਇਹ ਕਹਿੰਦਾ ਹੈ ਵੀ ਜਦੋਂ ਕਿਸਾਨ ਉਹਨਾਂ ਦੇ ਸਿਰ ਫੋੜ ਦਿਓ, ਉਹਨੇ ਸੰਵਿਧਾਨ ਦੀ ਕਾਨੂੰਨ ਦੀ ਉਲੰਘਣਾ ਕੀਤੀ ਹੈ, ਉਹਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਹੈ। ਤਿੰਨ ਵਾਰੀ ਉੱਠ ਕੇ ਗਏ, ਹਰ ਵਾਰੀ ਮੈਂ ਸਰਕਾਰ ਨਾਲ ਗੱਲ ਕਰਨਾ, ਆ ਕੇ ਕਹਿੰਦੇ ਨੇ ਬਾਈ ਜੀ ਸਾਨੂੰ ਇੱਕ ਮਹੀਨੇ ਦਾ ਸਮਾਂ ਦੇ ਦਿਓ, ਅਸੀਂ ਜਾਂਚ ਕਰਾ ਲਈਏ ਉਹਨੇ ਕੋਈ ਗਲਤੀ ਕੀਤੀ ਵੀ ਹੈ ਕਿ ਨਹੀਂ। ਤੇ ਅਸੀਂ ਪੁੱਛਿਆ ਬਈ ਜਿਹੜਾ ਉਹ ਇਹ ਸ਼ਬਦ ਵਰਤਦਾ ਹੈ ਸੈਂਸਸ ਰੂਲ ਦੇ ਵਿੱਚ ਕਿਤੇ ਦਰਜ ਹੈ ਜਾਂ ਸੰਵਿਧਾਨ ਵਿੱਚ ਕਿਤੇ ਦਰਜ ਹੈ, ਕੋਈ ਸਿਵਲ ਸਰਵਿਸ ਦਾ ਅਫਸਰ ਪੁਲਿਸ ਨੂੰ ਕਹੇ ਬਈ ਕਿਸਾਨਾਂ ਦੇ ਸਿਰ ਫੋੜ ਦਿਓ, ਫਿਰ ਉਹ ਜਿਹੜੇ ਮੁਲਾਜ਼ਮ ਉੱਥੇ ਪੁਲਿਸ ਦੇ ਜਾਂ ਸਿਕਿਉਰਿਟੀ ਫੋਰਸ ਦੇ ਖੜੇ ਨੇ ਉਹਨਾਂ ਨੂੰ ਪੁੱਛੇ ਤੁਹਾਨੂੰ ਸਮਝ ਆ ਗਈ ਕਿ ਨਹੀਂ, ਫਿਰ ਰਿਪੀਟ ਕਰੇ ਤੁਹਾਨੂੰ ਸਮਝ ਆਈ ਕਿ ਨਹੀਂ, ਉਹ ਕਹਿਣ ਯੈਸ ਸਰ ਯੈਸ ਸਰ। ਹੁਣ ਇਹਦੋਂ ਉੱਤੇ ਇਹਦੋਂ ਵੱਡਾ ਚੋਣ ਕੌਣ ਕਰ ਸਕਦਾ ਹੈ? ਜੇ ਇੱਕ ਲੋਕਾਂ ਨੂੰ ਕਟਾਉਣ ਸਿਰ ਫੜਵਾਉਣ ਵਾਲੇ ਅਫਸਰ ਨੂੰ ਸਰਕਾਰ ਬਚਾਏਗੀ ਤਾਂ ਫਿਰ ਅੰਦੋਲਨ ਤੋਂ ਬਿਨਾਂ ਸਾਡੇ ਕੋਲ ਹੋਰ ਦੂਜਾ ਰਸਤਾ ਨਹੀਂ। ਉਹ ਤਿੰਨ ਵਾਰੀ ਗੱਲ ਕੀਤੀ, ਤਿੰਨੇ ਵਾਰੀ ਸਾਡਾ DC ਤੇ SP ਉਹ ਦੋਵੇਂ ਜਣਿਆਂ ਦੀ ਗੁਰਦਾਰਤ ਕਰਦੇ ਰਹੇ, ਜਿਹਨੂੰ ਅਸੀਂ ਸਾਰਿਆਂ ਨੇ ਵਾਰ ਵਾਰ ਰੋਕਿਆ ਟੋਕਿਆ ਰਿਜੈਕਟ ਕੀਤਾ। ਫਿਰ ਅਸੀਂ ਕਹੇ ਬਈ ਠੀਕ ਹੈ, ਅਸੀਂ ਆਪਣੇ ਪ੍ਰੋਗਰਾਮ ਦੇ ਪੱਕੇ ਆ, ਦ੍ਰਿੜਾਂ, ਅਸੀਂ ਹੁਣ ਪਿੱਛੇ ਹਟਣ ਵਾਲੇ ਨਹੀਂ। ਤੁਸੀਂ ਆਪਣਾ ਇੰਤਜ਼ਾਮ ਕੀਤਾ ਹੈ ਤੇ ਅਸੀਂ ਆਪਣਾ ਇੰਤਜ਼ਾਮ ਕੀਤਾ ਹੈ। ਇਸ ਲਈ ਅਸੀਂ ਫੈਸਲਾ ਕੀਤਾ ਹੈ, ਜਿਸ ਤਰ੍ਹਾਂ ਸਾਡਾ ਪਹਿਲਾਂ ਐਲਾਨ ਕੀਤਾ ਹੋਇਆ ਹੈ ਬਈ ਅਸੀਂ DC ਦੀ ਸੈਕਟਰੀਏਟ ਨੂੰ ਘੇਰਨੇ, ਅਸੀਂ ਫੈਸਲਾ ਕੀਤਾ ਬਈ ਇੱਥੋਂ ਅਸੀਂ ਮਾਰਚ ਕਰਾਂਗੇ DC ਦੀ ਸੈਕਟਰੀਏਟ ਵੱਲ ਨੂੰ, ਉਹਦਾ ਜਾ ਕੇ ਘਿਰਾਓ ਕਰਾਂਗੇ। ਤੁਸੀਂ ਜਾਓਗੇ, ਤੁਸੀਂ ਦੇਸ਼ ਦੇ ਕਿਸਾਨਾਂ ਦੇ ਜਥੇਬੰਦੀਆਂ ਦੇ ਸਿਪਾਹੀ ਹੋ, ਹਰੇਕ ਸਿਪਾਹੀ ਨੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਕੇ ਅੱਗੇ ਵਧਣਾ ਹੁੰਦਾ ਹੈ ਤੇ ਤੁਸੀਂ ਖਿਆਲ ਰੱਖਣਾ ਤੁਹਾਡੇ ਆਲੇ ਦੁਆਲੇ ਕੋਈ ਇਸ ਅੰਦੋਲਨ ਦਾ ਨੁਕਸਾਨ ਕਰਨ ਵਾਲਾ ਤਾਂ ਨਹੀਂ। ਜਿਸ ਤਰ੍ਹਾਂ ਕੌਮ ਸਾਹਿਬ ਨੇ ਕਿਹਾ ਕਿਸੇ ਕੋਲ ਸੋਟੀ ਹੈ ਕੋਈ ਹੋਰ ਹੈ ਉਹ ਇੱਥੇ ਹੀ ਰੱਖ ਕੇ ਨਾਲ ਨਹੀਂ ਲੈ ਕੇ ਜਾਣੀ, ਸਾਹਮਣੇ ਸ਼ਾਂਤਮਈ ਤਰੀਕੇ ਨਾਲ। ਹੁਣ ਇੱਥੋਂ ਸਭ ਤੋਂ ਅੱਗੇ ਜਥੇਬੰਦੀਆਂ ਦੇ ਲੀਡਰ ਅੱਗੇ ਹੋਣਗੇ ਤੇ ਤੁਸੀਂ ਸਾਰੇ ਨੇ ਉਹਨਾਂ ਦੇ ਪਿੱਛੇ ਪਿੱਛੇ ਸੁਪਰਾ ਨਾਮ ਅਕਸ਼ੋ ਜਦ ਨਾਮ ਅਕਸ਼ੋ
Sorry.